ਛੋਟੀਆਂ-ਛੋਟੀਆਂ ਕੰਮ ਆਉਣ ਵਾਲੀਆਂ ਗੱਲਾਂ ਨੰਬਰ 1 ਜੋ ਲੋਕ ਜ਼ਿਆਦਾ ਕਮਜ਼ੋਰੀ ਮਹਿਸੂਸ ਕਰਦੇ ਹਨ ਇੱਕ ਗਲਾਸ ਗਰਮ ਦੁੱਧ ਵਿੱਚ ਇਲਾਚੀ ਦੇ ਦਾਣੇ ਉਬਾਲ ਕੇ ਪੀਓ ਕਮਜ਼ੋਰੀ ਦੂਰ ਹੋ ਜਾਵੇਗੀ ਨੰਬਰ 2 ਛਾਤੀ ਵਿੱਚ ਦਰਦ ਦੀ ਸਮੱਸਿਆ ਹੋਵੇ ਤਾਂ ਅਜਵਾਇਨ ਦੀ ਧੋਨੀ ਲਵੋ ਇਸ ਨਾਲ ਦਰਦ ਵਿੱਚ ਆਰਾਮ ਮਿਲਦਾ ਹੈ ਨੰਬਰ 3 ਜੇਕਰ ਜਲਦੀ ਬੁਢਾਪਾ ਆਉਣ ਲੱਗੇ ਤਾਂ ਅਨਾਰ ਦਾ ਜੂਸ ਰੋਜ਼ਾਨਾ ਪੀਓ ਚਿਹਰੇ ਤੇ ਚਮਕ ਤੇ ਨਿਖਾਰ ਆਵੇਗਾ ਨੰਬਰ 4 ਠੰਡਾ ਪਾਣੀ ਪੀਣ ਨਾਲ ਵਿਅਕਤੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਨੰਬਰ 5 ਰਾਤ ਦੀਆਂ ਬਚੀਆਂ ਹੋਈਆਂ ਰੋਟੀਆਂ ਨੂੰ ਸੁੱਟਣ ਦੀ ਬਜਾਏ ਸਵੇਰ ਦੇ ਸਮੇਂ ਖਾ ਲਵੋ। ਰਾਤ ਦੀ ਬਚੀ ਹੋਈ ਰੋਟੀ ਖਾਣ ਨਾਲ ਕਈ ਰੋਗਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਨੰਬਰ 6 ਜੇਕਰ ਮੋਰ ਦਾ ਖੰਭ ਬਲਬ ਦੇ ਨੇੜੇ ਰੱਖਿਆ ਜਾਵੇ ਤਾਂ ਛਿਪਕਲੀਆਂ ਬਲਬ ਦੇ ਆਲੇ-ਦੁਆਲੇ ਨਹੀਂ ਆਉਂਦੀਆਂ। ਨੰਬਰ 7 ਰੋਜ਼ ਬੈਠ ਕੇ ਝਾੜੂ ਲਗਾਉਣ ਨਾਲ ਔਰਤਾਂ ਨੂੰ ਕਦੇ ਵੀ ਕਮਰ ਦਰਦ ਦੀ ਸ਼ਿਕਾਇਤ ਨਹੀਂ ਹੁੰਦੀ। ਨੰਬਰ 8 ਖੁਦਦੀਨੇ ਨੂੰ ਪਾਣੀ ਵਿੱਚ ਪਾ ਕੇ ਪੀ ਲਵੋ ਚਿਹਰੇ ਤੇ ਝੁਰੀਆਂ ਨਹੀਂ ਆਉਣਗੀਆਂ ਨੰਬਰ 9 ਨਿੰਮ ਦੀ ਪੱਤੀਆਂ ਦਾ ਰਸ ਪੀਣ ਨਾਲ ਪੇਟ ਸਾਫ਼ ਰਹਿੰਦਾ ਹੈ ਅਤੇ ਅਲਰਜੀ ਵੀ ਦੀ ਸਮੱਸਿਆ ਵੀ ਨਹੀਂ ਹੁੰਦੀ ਨੰਬਰ 10 ਸਫੇਦ ਪਿਆਜ਼ ਦਾ ਰਸ ਵਾਲਾਂ ਵਿੱਚ ਲਗਾਉਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ ਨੰਬਰ 11 ਨੱਕ ਬੰਦ ਹੋ ਜਾਵੇ ਤਾਂ ਗੁੜ ਦੀ ਧੂਨੀ ਲਵੋ ਨੰਬਰ 12 ਪਿਆਜ਼ ਦੀ ਖੁਸ਼ਬੂ ਸੁੰਘਣ ਨਾਲ ਦਿਲ ਮਜ਼ਬੂਤ ਹੁੰਦਾ ਹੈ ਨੰਬਰ 13 ਜੋ ਵਿਅਕਤੀ ਬਹੁਤ ਜ਼ਿਆਦਾ ਸੋਚਦਾ ਹੈ ਅਤੇ ਤਣਾਅ ਲੈਂਦਾ ਹੈ ਉਸਦੇ ਚਿਹਰੇ ਤੇ ਝੁਰੜੀਆਂ ਪੈ ਜਾਂਦੀਆਂ ਹਨ ਨੰਬਰ 14 ਤੇਜ਼ ਚੱਲਣ ਵਾਲੇ ਵਿਅਕਤੀ ਦਾ ਸਰੀਰ ਢਿੱਲਾ ਨਹੀਂ ਹੁੰਦਾ ਨੰਬਰ 15 ਕਾਜੂ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਨੰਬਰ 16 ਖਾਣਾ ਖਾਣ ਤੋਂ ਬਾਅਦ ਸਰੀਰ ਵਿੱਚ ਖੂਨ ਦਾ ਪ੍ਰਵਾਹ ਘਟ ਜਾਂਦਾ ਹੈ ਜਿਸ ਨਾਲ ਵਿਅਕਤੀ ਨੂੰ ਨੀਂਦ ਆਉਣ ਲੱਗਦੀ ਹੈ ਨੰਬਰ 17 ਬਹੁਤ ਗਰਮ ਪਾਣੀ ਪੀਣ ਨਾਲ ਆਪਣਾ ਚਿਹਰਾ ਨਾ ਧੋਵੋ ਚਮੜੀ ਜਲਦੀ ਖਰਾਬ ਹੋਣ ਲੱਗਦੀ ਹੈ ਨੰਬਰ 18 ਬਦਾਮ ਦਾ ਤੇਲ ਨਾਭੀ ਵਿੱਚ ਪਾਉਣ ਨਾਲ ਪੇਟ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ ਨੰਬਰ 19 ਸੂਰਜਮੁਖੀ ਦੇ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰੋ ਵਾਲ ਨਰਮ ਅਤੇ ਰੇਸ਼ਮੀ ਹੋ ਜਾਣਗੇ